जपना क्यों जरूरी है बड़ी सुंदर विचार कर आप गिनती लिखते हैं भागा वाले सिफर ला दीए दस गुना कीमत वाजा सिफर लिखी जा दो लिख देव तीन लिख देव चार लिख देव किसी को पुछो जी कीमत की आ कुछ भी कीमत नहीं है पर अगे एक एका लिख देव हरेक सिफर की कीमत दस गुना दस गुना दस गुना वाती जा रही भागा वाले ने सिख जे जीवन के अंदर एक परमात्मा का नाम है असी अमृत वेले उठ के परमात्मा का नाम जप लेंगे ते बाकी सारा दिन किते हुए जिहड़े काम कार ने वह भी लेखे ते जे असी बाकी सब कुछ करते हैं बच्चे पढ़ा लेने बच्चों को सैट कर दिता है अपने वास्ते घर आ बच्चों को घर बना देते ने पर गुरमुख प्यारियो जे जीवन के अंदर गुरु की संगत नहीं है जे असी कभी अपने जीवन के अंदर बाणी नहीं पढ़ी तो समझो साडे जीवन के विच कुछ भी नहीं है सब कुछ जीरो सतगुरु महाराज जी कृपा कर रहे ने अपने जीवन के अंदर इको दाता सेव ही है हर एक त्याई है इको दाता मंगी है मर चिदया फल पाई है जे दूजे पासो मंगी है ता लाज मराई है ध्यान देना हर इको दाता मंगी है हर एक त्याई हर इको दाता सेव ही है मर चिदया फल पाई एक परमात्मा का नाम जप भागा वाले सच करके जा जे आप रब दे नेड़े होना चाहते हो जे परमात्मा नूं पाउणा चाहते हो ते जीवन के अंदर कुछ गल्लां ने उह एक ही होनी चाहीदी है दूसरा होवेगा ते पाप बन गए रब होवे ते एक होवे गुरु होवे ते एक होवे पति होवे ते एक होवे पत्नी होवे ते एक होवे भगत नाथ देव जी नूं किसे गुरमुख प्यारे ने पूछया आख्या भगत नाथ देव जी मैं सुनिया है पढ़िया तुसी हर वेले प्रभु परमात्मा के दर्शन दीदार करते हो पर मेरी बेनती है मैं जीवन के अंदर कोई जप तक नहीं कर सकता खुद दान करन जोगा मैं है ही नहीं मैं बहुत ही भगती नहीं कर सकता मैं बहुत ही माला नहीं फेर सकता मैं धार्मिक ग्रंथा तो नहीं पढ़ सकता पर रब नूं पाउणा चाहुंदा कोई है रस्ता कोई है तरीका ਉਹ ਸਮਝਿਆ ਸੀ ਵੀ ਭਗਤ ਨਾਮ ਦੇਵ ਜੀ ਹੱਥ ਖੜੇ ਕਰ ਦੇਣਗੇ ਵੀ ਨਹੀਂ ਸੰਗਤ ਨੂੰ ਨਹੀਂ ਕਰ ਸਕਦਾ ਧਾਰਮਿਕ ਗ੍ਰੰਥਾਂ ਨੂੰ ਤੂੰ ਨਹੀਂ ਪੜ੍ਹ ਸਕਦਾ ਜਪ ਤਪ ਤੂੰ ਨਹੀਂ ਕਰ ਸਕਦਾ ਤੀਰਥ ਯਾਤਰਾ ਤੂੰ ਨਹੀਂ ਕਰ ਸਕਦਾ ਉਹ ਦਾਨ ਕਰਨ ਯੋਗਾ ਤੂੰ ਹੈ ਨਹੀਂ ਤੂੰ ਰੱਬ ਨੂੰ ਕਿਵੇਂ ਪਾਵੇਂਗਾ ਪਰ ਭਗਤ ਨਾਮ ਦੇਵ ਜੀ ਕਹਿਣ ਲੱਗੇ ਪਿਆਰਿਆ ਤੂੰ ਅਜੇ ਵੀ ਰੱਬ ਨੂੰ ਪਾ ਸਕਦਾ ਸੁਧ ਵਾਲਾ ਬੜਾ ਹਾਲ ਹੈ ਉਹਨੇ ਦੂਸਰੀ ਮੁਸ਼ਕਲ ਪੈਦਾ ਕਰ ਦਿੱਤੀ ਭਗਤ ਨਾਮ ਦੇਵ ਜੀ ਵਾਸਤੇ ਉਹ ਕਹਿ ਲੱਗਾ ਭਗਤ ਨਾਮ ਦੇਵ ਜੀ ਕਾਹਲੀ ਵਿੱਚ ਬੜਾ ਮੈਂ ਤੁਰਨ ਲੱਗਾ ਸਮਝੋ ਇੱਕ ਨੂੰ ਤੁਹਾਨੂੰ ਮੈਂ ਫਤਿਹ ਹੀ ਬੁਲਾ ਸਕਦਾ ਤੁਹਾਡੇ ਨਾਲ ਹੱਥ ਬੁਲਾ ਸਕਦਾ ਬਸ ਇੰਨਾ ਮੇਰੇ ਕੋਲ ਟਾਈਮ ਆ ਤੁਹਾਨੂੰ ਅੱਗੇ ਬਾਏ ਬਾਏ ਕਹਿ ਸਕਦਾ ਆ ਬਹੁਤਾ ਖਲੋ ਨਹੀਂ ਸਕਦਾ ਤੁਹਾਡੇ ਨਾਲ ਮੈਂ ਜਾ ਲੱਗਿਆ ਹੱਥ ਬੁਲਾਵਾ ਇਹਨਾਂ ਸਮਾਂ ਤੁਹਾਡੀ ਕਥਾ ਸੁਣ ਸਕਦਾ ਪਰ ਗੱਲ ਇੱਕ ਹੈ ਇੰਨੀ ਕੁ ਤੁਹਾਡੀ ਕਥਾ ਸੁਣੀ ਹੋਈ ਮੈਂ ਹਿਰਦੇ ਚ ਵਸਾ ਲਵਾਂਗਾ ਦੱਸੋ ਰੱਬ ਨੂੰ ਪਾ ਸਕਦਾ ਕਹਿ ਲੱਗਾ ਹਾਂ ਕਰੋ ਹੱਥ ਅੱਗੇ ਮੈਂ ਤੁਹਾਡੇ ਦਾ ਹੱਥ ਬੁਲਾਉਂਦਾ ਤੁਸੀਂ ਹੱਥ ਛੱਡ ਕੇ ਤੁਰ ਪੈਣਾ ਆ ਹੱਥ ਮਿਲਦਿਆਂ ਮਿਲਦਿਆਂ ਕਥਾ ਹੋਵੇਗੀ ਭਗਤ ਨਾਮ ਦੇਵ ਜੀ ਹੱਥ ਅੱਗੇ ਕਰਦੇ ਨੇ ਉਹ ਪੁੱਛਣ ਵਾਲਾ ਹੱਥ ਅੱਗੇ ਕਰਦਾ ਹੱਥ ਮਿਲਿਆ ਭਗਤ ਨਾਮ ਦੇਵ ਜੀ ਨੇ ਵਰਤ ਕਰ ਦਿੱਤਾ ਪਰ ਨਰ ਪਰ ਤਨ ਪਰ ਹਰੀ ਤਾਂ ਕਿ ਨਿਤ ਵਸੇ ਨਰ ਕਹਿ ਲੱਗਾ ਰੱਬ ਦੇ ਪਿਆਰਿਆਂ ਦੋ ਗੱਲਾਂ ਪਰਾਇਆ ਧਨ ਪਰਾਇਆ ਤਨ
ਮਾੜੀ ਨੀਅਤ ਨਾਲ ਵੇਖਣਾ ਛੱਡ ਦੇਵੇ, ਰੱਬ ਤੇਰੇ ਕੋਲ ਹੋਵੇਗਾ, ਉਹਨੇ ਵੀ ਰੱਬ ਨੂੰ ਪਾ ਲਿਆ। ਹਰ ਇੱਕ ਦਾਤਾ ਸੇਵੀ ਹੈ, ਹਰ ਇੱਕ ਧਿਆਈ ਰੱਬ ਨੂੰ ਪਾਉਣਾ, ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ, ਕੋਈ ਔਖੀਆਂ ਕੋਈ ਉਲਝਣ ਨਹੀਂ। ਅਸੀਂ ਜਾਣ ਬੁੱਝ ਕੇ ਉਲਝੇ ਹੋਏ, ਪੂਰ ਕਿਰਿਆ ਉਲਝਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਏ। ਕਿਸੇ ਵਿਦਵਾਨ ਨੇ ਇਹਦੇ ਸੰਬੰਧ ਵਿੱਚ ਬੜੀ ਕੀਮਤੀ ਗੱਲ ਲਿਖੀ, ਉਹ ਚੰਪਾ ਦੇ ਫੁੱਲ ਨਾਲ ਗੱਲ ਕਰਦਾ, ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਬਾਸ, ਕੌਣ ਆਪਣ ਤੁਝ ਵਿਖੇ ਭਵਨ ਨਾ ਬੈਠੇ ਪਾਸ। ਆਖਿਆ ਚੰਪਾ ਮੈਂ ਬੜੇ ਦਿਨ ਦਾ ਤੈਨੂੰ ਵੇਖ ਰਿਹਾ, ਬਾਕੀ ਜਿੰਨੇ ਤੇਰੇ ਆਸ ਪਾਸ ਫੁੱਲ ਨੇ ਉਹਨਾਂ ਦੇ ਉੱਪਰ ਭੌਰੇ ਆ ਕੇ ਬੈਠਦੇ ਨੇ, ਕੀ ਗੱਲ ਹੈ ਤੇਰੇ ਉੱਪਰ ਆ ਕੇ ਭੌਰਾ ਨਹੀਂ ਬੈਠਿਆ। ਹੁਣ ਚੰਪਾ ਨੇ ਇੱਕ ਜਵਾਬ ਦਿੱਤਾ, ਧਿਆਨ ਨਾਲ ਸੁਣਨਾ, ਮੈਂ ਬੇਨਤੀ ਕਰਾਂ, ਇਹੋ ਹੀ ਸੁਭਾਅ ਤੁਹਾਡੇ ਗੁਰੂ ਦਾ ਜੇ, ਇਹੋ ਹੀ ਮੈਨੂੰ ਤੁਹਾਡੇ ਗੁਰੂ ਦਾ। ਚੰਪਾ ਕਹਿਣ ਲੱਗੀ, ਸਾਜਣ ਮੁਝ ਮੈਂ ਤੀਰ ਗੁਣ ਰੂਪ ਰੰਗ ਅਰਬਾਸ, ਜਗ੍ਹਾ ਜਗ੍ਹਾ ਕੇ ਮੀਰ ਕੋ ਕੌਣ ਬਿਠਾਵੇ ਪਾਸ। ਇਹ ਤਾਂ ਥਾਂ ਥਾਂ ਤੇ ਬੈਠਾ, ਅੱਜ ਗੁਲਾਬ ਤੇ ਬੈਠਾ, ਕੱਲ ਕਲੀ ਤੇ ਬੈਠੇਗਾ, ਕੱਲ ਗੇਂਦੇ ਤੇ ਬੈਠੇਗਾ। ਇਹ ਮੇਰੇ ਸਾਜਣ, ਥਾਂ ਥਾਂ ਤੇ ਝੁਕਣ ਵਾਲੇ ਨੂੰ ਮੈਂ ਆਪਣੇ ਅੱਗੇ ਨਹੀਂ ਝੁਕਣ ਦੇ, ਥਾਂ ਥਾਂ ਤੇ ਮੁਖਾਜੀਆਂ ਕਰਨ ਵਾਲੇ ਨੂੰ ਮੈਂ ਆਪਣਾ ਬੰਦਾ ਨਹੀਂ ਬਣਾਉਂਦਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਈ ਮੱਝ ਨੂੰ ਕਹਿੰਦੇ ਨੇ ਵੀ ਤੈਨੂੰ ਅਸੀਂ ਆਪਣਾ ਸਿੱਖ ਨਹੀਂ ਬਣਾ ਸਕਦੇ, ਕਿਉਂ? ਕਿਉਂਕਿ ਤੇਰੇ ਪਹਿਲਾਂ ਗੁਰੂ ਪੀਰ, ਤੂੰ ਉਹਨਾਂ ਦੇ ਅੱਗੇ ਝੁਕਦਾ। ਪਰ ਭਾਈ ਮੱਝ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡੀ ਸਿੱਖੀ ਮੈਂ ਜ਼ਰੂਰ ਧਾਰਨ ਕਰਨੀ ਆ। ਗੁਰੂ ਮਹਾਰਾਜ ਜੀ ਕਹਿਣ ਲੱਗੇ, ਪਹਿਲਾਂ ਫਿਰ ਜਿਹੜੇ ਦੂਸਰੇ ਗੁਰੂ ਨੇ ਨਾ ਤੇਰੇ ਸਰਵਰੀ ਪੀਰ, ਉਹਨਾਂ ਨੂੰ ਬਦਾਵਾ ਦੇ ਕੇ ਆਇਆ, ਬਦਾਵਾ ਦੇ ਕੇ ਆਇਆ, ਸਮਾਧਾਨ ਢਾ ਕੇ ਆਇਆ, ਤਾਂ ਗੁਰੂ ਮਹਾਰਾਜ ਜੀ ਨੇ ਭਾਈ ਮੱਝ ਨੂੰ ਆਪਣਾ ਸਿੱਖ ਬਣਾਇਆ। ਤੇ ਧੰਨ ਹਨ ਭਾਈ ਮੱਝ, ਉਹਨਾਂ ਦੀ ਕਮਾਈ ਯਾਦ ਕਰਕੇ ਕੋਈ ਪਿਆਰ ਨਾਲ ਰੱਖ, ਸਤਨਾਮ ਸ੍ਰੀ ਵਾਹਿਗੁਰੂ। ਕਿੱਡੀ ਵੱਡੀ ਬਖਸ਼ਿਸ਼, ਮੱਝ ਪਿਆਰਾ ਗੁਰੂ ਨੂੰ, ਗੁਰੂ ਮੱਝ ਪਿਆਰਾ, ਮੱਝ ਗੁਰੂ ਕਾ ਹੋਏ ਪਾਪ ਜਗ ਲੰਘਣ ਹੈ। ਇਹਦੇ ਸੰਬੰਧ ਵਿੱਚ ਇਤਿਹਾਸ ਦੀ ਇੱਕ ਛੋਟੀ ਜਿਹੀ ਗਾਥਾ ਹੈ। ਗੜ ਸ਼ੰਕਰ ਦੇ ਵਿੱਚ ਨਵੇਂ ਸ਼ਹਿਰ ਜ਼ਿਲ੍ਹੇ ਦਾ ਕਸਬਾ ਹੈ, ਉੱਥੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਇੱਕ ਸਿੱਖ ਹੋਇਆ ਭਾਈ ਤਿਲਕ ਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਦੇ ਸੰਬੰਧ ਵਿੱਚ ਲਿਖਿਆ ਹੈ, ਤਿਲਕ ਤੇ ਲੋਕਾਂ ਪਾਠ ਕਾ ਸਾਧ ਸੰਗਤ ਸੇਵਾ ਹਿੱਤ ਕਾਰ। ਭਾਈ ਤਿਲਕ ਜੀ ਗੁਰੂ ਘਰ ਦੇ ਪਾਠੀ ਸਨ, ਸੰਗਤਾਂ ਨੂੰ ਸ਼ੁੱਧ ਪਾਠ ਸੁਣਾਉਂਦੇ ਸਨ। ਇਹ ਨਹੀਂ ਵੀ ਪਾਠ ਸੁਣਾ ਲਿਆ ਫਿਰ ਸੰਗਤਾਂ ਦੀ ਸੇਵਾ ਵੀ ਕਰਦੇ ਸਨ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਦੇ ਦਰ ਤੇ ਆਏ ਸਨ, ਬੇਨਤੀ ਕਰਕੇ ਚਰਨਾਮ ਦੀ ਦਾਤ ਪ੍ਰਾਪਤ ਕਰ ਲਈ, ਗੁਰੂ ਦਾ ਸਿੱਖ ਬਣ ਗਿਆ। ਗੁਰਸਿੱਖੋ ਤੁਹਾਡੇ ਵਾਰ, ਗੁਰੂ ਦੇ ਦਰ ਤੇ ਬੈਠ ਕੇ ਕੀਰਤਨ ਸਰਵਣ ਕੀਤਾ, ਕੀਰਤਨ ਸਰਵਣ ਕਰਦਿਆਂ ਕਰਦਿਆਂ ਇਸ ਨੇ ਗੁਰੂ ਦੇ ਵਚਨ ਸਰਵਣ ਕਰ ਲੈ ਕਿ ਮੇਰੇ ਜੀਵਨ ਦੇ ਅੰਦਰ ਕੀ ਹੈ, ਕਿ ਜੇ ਮੈਂ ਆਪਣੇ ਜੀਵਨ ਦੇ ਅੰਦਰ ਜਿਹੜੀਆਂ ਹਿੰਦੂ ਇਜ਼ਮ ਦੀਆਂ ਤਿੰਨ ਪੁਰੀਆਂ ਨੇ, ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਉਹਨਾਂ ਦੇ ਸੰਬੰਧ ਵਿੱਚ ਇਸ ਨੇ ਸਰਵਣ ਕਰ ਲਿਆ। ਸ਼ਿਵਪੁਰੀ ਕਾ ਹੋਏਗਾ ਕਾਲਾ, ਜਿਹੜੇ ਮੈਂ ਸ਼ਿਵਪੁਰੀ ਵਿੱਚ ਜਾ ਕੇ ਨਿਵਾਸੀ ਹੋ ਗਿਆ, ਤਾਂ ਉੱਥੇ ਜਾ ਕੇ ਵੀ ਮੈਨੂੰ ਮੌਤ ਨੇ ਜਿਹੜਾ ਹੈ ਉਹ ਘੇਰ ਲੈਣਾ ਹੈ। ਇਸ ਤਰ੍ਹਾਂ ਉਹਨੇ ਜਦੋਂ ਇਹ ਕੀਰਤਨ ਸਰਵਣ ਕੀਤਾ, ਕਵਣ ਨਰਕ ਕਿਆ ਸੁਰਖ ਵਿਚਾਰਾ, ਸੰਤਨ ਦੂ ਰਾਧੇ ਹਮ ਕਾਹੂ ਕੀ ਕਾਰ ਨਾ ਕੱਢਦੇ, ਆਪਣੇ ਗੁਰ ਪ੍ਰਸਾਦ ਘਰ ਆ ਗਿਆ। ਹੁਣ ਗੜ ਸ਼ੰਕਰ ਵਿੱਚ ਇੱਕ ਜੋਗੀ ਰਹਿੰਦਾ ਸੀ, ਦਾਵਾ ਕਰਦਾ ਸੀ ਕਿ ਮੈਨੂੰ ਬ੍ਰਹਮਪੁਰੀ, ਇੰਦਰਪੁਰੀ, ਸ਼ਿਵਪੁਰੀ ਦੇ ਦਰਸ਼ਨ ਹੁੰਦੇ ਨੇ, ਜਿਹੜਾ ਦੁਨੀਆਦਾਰ ਮੇਰੇ ਦਰਸ਼ਨ ਕਰੇਗਾ ਉਹਨੂੰ ਸਵਰਗਾਂ ਦੇ ਦਰਸ਼ਨ ਹੋਣ। ਭਾਗਾਂ ਵਾਲਿਓ,
ਸਾਡੇ ਨਾਲ ਤਾਂ ਬੜੀਆਂ ਹੋਈਆਂ ਨੇ, ਬੜੇ ਐਸੇ ਪਖੰਡੀ ਮਿਲੇ ਨੇ, ਦਾਅਵੇ ਕਰਦੇ ਸਨ ਮੈਨੂੰ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋ ਰਹੇ। ਜਦੋਂ ਪੁੱਛਿਆ ਵੀ ਸਾਡੇ ਪ੍ਰਚਾਰਕਾਂ ਵਿੱਚ ਬੜਾ ਭੁਲੇਖਾ ਆ, ਕੋਈ ਕਹਿੰਦਾ ਬਾਬਾ ਦੀਪ ਸਿੰਘ ਦਾ ਸਿਰ ਲੱਤਾ, ਕੋਈ ਕਹਿੰਦਾ ਨਹੀਂ ਲੱਤਾ। ਇੱਕ ਬੇਨਤੀ ਕਰਾਂ, ਮੈਂ ਇੱਥੇ ਆਪਣੇ ਵਿਚਾਰ ਨਹੀਂ ਦੇ ਰਿਹਾ, ਮੈਂ ਜਿਹੜੇ ਸਬਜੈਕਟ 'ਤੇ ਗੱਲ ਕਰ ਰਿਹਾ ਉਹਦੇ ਵੱਲ ਧਿਆਨ ਦਿਓ, ਵੀ ਸਾਨੂੰ ਇਹ ਦੱਸ ਦਿਓ ਵੀ ਤੁਹਾਡਾ ਸੀਸ ਲੱਤਾ ਸੀ ਕਿ ਨਹੀਂ ਲੱਤਾ। ਚੁੱਪ। ਫਿਰ ਇਹ ਸਮਝਿਆ ਵੀ ਬਾਬਾ ਦੀਪ ਸਿੰਘ ਦਾ ਜਿਹੜਾ ਖੰਡਾ ਸੀ ਕਿੰਨੇ ਸਿਰ ਦਾ ਸੀ। ਚੁੱਪ। ਇਹੋ ਜਿਹੇ ਪਖੰਡੀ ਵੀ ਆਪ ਹੀ ਕੱਧ ਤੋਂ ਰਾਤ ਨੂੰ ਦੋ ਇੱਟਾਂ ਤੋੜ ਦੇਣੀਆਂ ਸੱਬਲ ਮਾਰ ਕੇ, ਅਤੇ ਕਹਿਣਾ ਰਾਤ ਨੂੰ ਬਾਬਾ ਦੀਪ ਸਿੰਘ ਦਾ ਘੋੜਾ ਟੱਪ ਕੇ ਗਿਆ ਸੀ। ਬੜੇ ਐਸੇ ਹੁੰਦੇ ਨੇ ਗੁਰਮੁਖ ਪਿਆਰਿਓ, ਆਟ ਸੇਤੀ ਨਾਗ ਪਕੜੇ ਸੂਝ ਦੇ ਤਿੰਨ ਲੋਕ, ਮਗਰ ਪਾਛੇ ਕਾਛ ਨਾ ਸੂਝੈ ਇਹ ਪਦਮ ਅਲੋ। ਇਸ ਤਰ੍ਹਾਂ ਦਾ ਪਖੰਡ ਕਰਨ ਵਾਲਾ ਸੀ। ਅਤੇ ਗੁਰਮੁਖ ਪਿਆਰਿਓ, ਸਾਨੂੰ ਵੀ ਜੇ ਕਿਤੇ ਇਹੋ ਜਿਹੀ ਗੱਲ ਸੁਣਨ ਨੂੰ ਮਿਲ ਜਾਏ ਤੇ ਆਪਾਂ ਬੜੇ ਦੌੜ ਦੌੜ ਕੇ ਜਾਂਦੇ ਹਾਂ, ਸਾਰੇ ਦੌੜ ਕੇ ਚਲੇ ਗਏ, ਪਰ ਭਾਗਾਂ ਵਾਲਿਓ ਭਾਈ ਤਿਲਕਾ ਨਹੀਂ। ਇੱਕ ਦਿਨ ਜੋਗੀ ਕਹਿਣ ਲੱਗਾ ਚਲੋ ਤਿਲਕੇ ਨੂੰ ਵੀ ਦਰਸ਼ਨ ਦੇ ਆਈਏ, ਉਹਨੂੰ ਵੀ ਬੈਕੁੰਠ ਦੇ ਦਰਸ਼ਨ ਹੋ ਜਾਣਗੇ। ਪਰ ਧੰਨ ਸੀ ਭਾਈ ਤਿਲਕਾ, ਉਹਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ। ਭਾਈ ਕਾਲ ਸਿੰਘ ਜੀ ਨਾਭਾ ਲਿਖ ਕੇ ਉਹਨੇ ਆਪਣੀਆਂ ਅੱਖਾਂ ਤੇ ਪੱਟੀਆਂ ਬੰਨ ਲਈਆਂ। ਕਹਿਣ ਲੱਗਾ ਨਹੀਂ, ਮੈਂ ਗੁਰੂ ਦੇ ਦਰਸ਼ਨ ਕਰਨ ਵਾਲਾ ਹਾਂ, ਮੈਨੂੰ ਗੁਰੂ ਦੇ ਦਰਸ਼ਨਾਂ ਵਿੱਚੋਂ ਸਭ ਕੁਝ ਮਿਲ ਗਿਆ, ਮੈਂ ਤੇਰੇ ਦਰਸ਼ਨ ਹੀ ਕਰਨਾ ਚਾਹੁੰਦਾ। ਜੋਗੀ ਨੇ ਆਖਿਆ ਸਵਰਗ ਮਿਲ ਜਾਣਗੇ। ਭਾਈ ਤਿਲਕ ਜੀ ਕਹਿਣ ਲੱਗਾ ਕਵਲ ਨਰਕ ਕਿਆ ਸੁਰਗ ਵਿਚਾਰ, ਸੰਤਨ ਦਊ ਰਾਧੇ ਰੱਦ ਕਰਕੇ ਰੱਖ ਦਿੱਤੇ ਨੇ, ਹਬ ਕਾਉ ਕੀ ਕਾਰਨਾ ਕੱਢਦੇ ਆਪਣੇ ਗੁਰ ਪ੍ਰਸਾਦ। ਗੁਰੂ ਅਰਜਨ ਦੇਵ ਸਾਹਿਬ ਪਤਾ ਲੱਗਾ, ਆਖਿਆ ਭਾਈ ਤਿਲਕ ਤੂੰ ਆ ਕੇ ਗੁਰੂ ਘਰ ਦਾ ਤਿਲਕ ਆ, ਸ਼੍ਰੋਮਣੀ ਸਿੱਖ ਆ, ਤੂੰ ਗੁਰੂ ਘਰ ਦਾ ਹੋਣਹਾਰ ਸਿੱਖ ਆ, ਤੇਰੇ ਸਿਰ ਦੇ ਉੱਪਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹਰ ਸਮੇਂ ਮਿਹਰ ਭਰਿਆ ਹੱਥ ਹੈ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਤੋ ਕੈਸਾ ਪਾਵੈ ਬੋਲ ਨਾ ਜਾਣੈ, ਮਾਇਆ ਮਦ ਮਾਤਾ ਮਰਨਾ ਕੀਤ ਨਾਇਆ। ਸਤਿਗੁਰੂ ਦੀ ਕਿਰਪਾ ਕਰ ਰਹੇ ਨੇ, ਭਾਦੋ ਇਹ ਭਰਮ ਭੁਲਾਣੀਆ ਦੂਜੇ ਲੱਗਾ ਹੈ, ਜਿਹਨਾਂ ਦਾ ਇੱਕ ਗੁਰੂ ਨਾਲ ਪਿਆਰ ਆ ਉਹਨਾਂ ਦੇ ਸਿਰ ਤੇ ਗੁਰੂ ਦਾ ਮਿਹਰ ਭਰਿਆ ਹੱਥ ਹੈ, ਜਿਹਨਾਂ ਦਾ ਨਾਮ ਧਾਰੀਆਂ ਦੇ ਵੀ ਚਲੇ ਗਏ, ਰਾਧਾ ਸਵਾਮੀਆਂ ਦੇ ਵੀ ਚਲੇ ਗਏ, ਹੋਰ ਪਖੰਡੀਆਂ ਦੇ ਚਲੇ ਗਏ। ਗੁਰਮੁਖ ਪਿਆਰਿਓ, ਉਹ ਭਰਮ ਭੁਲੇਖਿਆਂ 'ਚ ਪੈ ਜਾਂਦੇ ਨੇ, ਖੁਆਰ ਹੁੰਦੇ ਹਨ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇ, ਬਾਹਰੋਂ ਭਾਵੇਂ ਜਿੰਨਾ ਮਰਜ਼ੀ ਧਰਮ ਦਾ ਬਾਣਾ ਪਾ ਲੈਣ, ਪਰ ਉਹ ਰੱਬ ਨੂੰ ਭਾਉਂਦੇ ਨਹੀਂ, ਰੱਬ ਨੂੰ ਚੰਗੇ ਨਹੀਂ ਲੱਗਦੇ। ਜਿਤ ਦਿਨ ਦੇ ਬਿਨ ਸੰਸੀ ਤਿਤ ਵੇਲੇ ਕੈਸਨ ਪਰੇ, ਉਹਨਾਂ ਨੂੰ ਪਤਾ ਨਹੀਂ ਵੀ ਜਿਹੜੀ ਪਰਿਵਾਰ ਦੀ ਮੋਹ ਮਮਤਾ 'ਚ ਪੈ ਕੇ ਪਰਮਾਤਮਾ ਦਾ ਨਾਮ ਭੁੱਲ ਗਏ ਹਾਂ, ਜਿਸ ਵੇਲੇ ਸਰੀਰ 'ਚੋਂ ਪ੍ਰਾਣ ਨਿਕਲਣੇ ਨੇ, ਇਹਨਾਂ ਪਰਿਵਾਰ ਵਾਲਿਆਂ ਨੇ ਸਾਡੇ ਸਰੀਰ ਨੂੰ ਪ੍ਰੇਤ ਪ੍ਰੇਤ ਸਮਝ ਕੇ ਇਹਦੇ ਕੋਲੋਂ ਦੂਰ ਜਾਣਾ। ਜਿਤ ਦਿਨ ਦੇਰ ਬਿਨ ਸੱਸੀ ਤਿਤ ਵੇਲੇ ਕੈਸਨ ਪਰੇਤ, ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਣੀ ਭੇਤ। ਜਦੋਂ ਮੌਤ ਆਉਂਦੀ ਹੈ ਤੇ ਦੁਨੀਆਂ ਦੇ ਅੰਦਰ ਕਿਸੇ ਨੂੰ ਕੋਈ ਭੇਤ ਨਹੀਂ, ਵੀ ਗਿਆ ਹੋਇਆ ਜੀਵ ਕਿੱਥੇ ਚਲਾ ਗਿਆ ਹੈ। ਛੱਡ ਖਲੋਤੇ ਖਿਣੇ ਮਾਏ ਜਿਹੜ ਸਿਉ ਲੱਗਾ ਹੈ, ਜਿਹਨਾਂ ਨਾਲ ਪਿਆਰ ਸੀ ਉਹਨਾਂ ਦੀ ਮਜ਼ਬੂਰੀ ਬਣ ਗਈ ਹੈ, ਉਹ ਹੁਣ ਸਾਡੇ ਨਾਲੋਂ ਆਪਣੀ ਮੋਹ ਮਮਤਾ ਛੱਡ ਕੇ ਹੁਣ ਸਾਨੂੰ ਜਿਹੜਾ ਸੱਚਾ ਘਰ ਹੈ ਨਾ, ਸ਼ਮਸ਼ਾਨ ਘਰ ਹੈ, ਉੱਥੇ ਛੱਡਣ ਵਾਸਤੇ ਚੱਲ ਪਏ ਹਨ। ਹੱਥ ਮਰੋੜੇ ਤਨ ਕੱਪੇ ਸਿਆਹੋ ਵਾਸੇ, ਜਿਹੜੇ ਨਾਮ ਤੋਂ ਖਾਲੀ ਨੇ ਉਹ ਫਿਰ ਪਛਤਾਉਂਦੇ, ਕਿਉਂਕਿ ਪਰਮਾਤਮਾ ਦੇ ਦਰ ਤੇ ਪਰਮਾਤਮਾ ਦਾ ਨਾਮ ਹੀ ਸਾਡਾ ਭੋਜਨ ਹੈ, ਪਰਮਾਤਮਾ ਦਾ ਨਾਮ ਹੀ ਸਾਡੀ ਸਹਾਇਤਾ ਕਰਦਾ ਹੈ। ਜੇ ਹਰ ਬੀਜਿਆ ਸੋ ਲੁਣੇ ਕਰਮਾ ਸੰਜੜਾ ਖੇ, ਭਾਈ ਇੱਥੇ ਤਾਂ ਆਪਣੇ ਜੀਵਨ ਦੇ ਅੰਦਰ ਜਿਹੋ ਜਿਹਾ ਤੂੰ ਕਰਮਾਂ ਦਾ ਬੀਜ ਬੀਜਿਆ ਹੈ
ਉਹ ਜੇ ਤੈਨੂੰ ਹੁਣ ਫਲ ਪ੍ਰਾਪਤ ਹੋਵੇਗਾ, ਨਾਨਕ ਨਾਲ ਸ਼ਰਨਾਗਤੀ ਚਰਨ ਬੋਹੇ ਤੂੰ ਪ੍ਰਭ ਦੇ। ਇਹ ਮੇਰੇ ਵਾਹਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰੋ, ਬਖਸ਼ਿਸ਼ ਕਰੋ, ਆਪਣੇ ਚਰਨ ਰੂਪ, ਨਾਮ ਰੂਪ, ਬਾਣੀ ਰੂਪ ਸਾਨੂੰ ਜਹਾਜ਼ ਬਖਸ਼ਿਸ਼ ਕਰੋ, ਤਾਂ ਜੋ ਕਿ ਅਸੀਂ ਆਪਣੇ ਜੀਵਨ ਦਾ ਪਾਲ ਪਾਰਾ ਕਰ ਲਈਏ। ਸੇ ਭਾਦੋ ਨਰਕ ਨਾ ਪਾਈਏ, ਗੁਰ ਰੱਖਣ ਵਾਲਾ ਹੇਤ। ਜਿਹੜੇ ਇੱਕ ਗੁਰੂ ਦੇ ਹੋ ਗਏ ਨੇ ਭਾਗਾਂ ਵਾਲੇ, ਉਹਨਾਂ ਦਾ ਗੁਰੂ ਰਖਵਾਲਾ ਬਣ ਜਾਂਦਾ, ਉਹਨਾਂ ਨੂੰ ਗੁਰੂ ਵਿਕਾਰਾਂ ਦੇ ਨਰਕਾਂ ਵਿੱਚ ਨਹੀਂ ਪੈਣ ਦਿੰਦਾ, ਗੁਰੂ ਉਹਨਾਂ ਨੂੰ ਪਾਪਾਂ ਦੇ ਨਰਕਾਂ ਵਿੱਚ ਨਹੀਂ ਪੈਣ ਦਿੰਦਾ, ਗੁਰੂ ਉਹਨਾਂ ਨੂੰ ਜਨਮ ਮਰਨ ਤੋਂ ਬਾਅਦ ਨਰਕਾਂ ਦੇ ਦੁੱਖ ਜਿਹੜੇ ਨੇ ਉਹ ਨਹੀਂ ਵੇਖਣ ਦਿੰਦਾ। ਕਿਉਂਕਿ ਸਤਿਗੁਰੂ ਮਹਾਰਾਜ ਜਿਹੜਾ ਹੈ ਆਪਣੇ ਸਤਿਗੁਰ ਕਰ ਬਲਿਹਾਰ ਹੈ, ਆਗੇ ਸੁੱਖ ਪਾਛੇ ਸੁੱਖ ਸਹਿਜਾ ਕਾਰ ਆਨੰਦ ਹੰਭਾਰੇ, ਉਹਨਾਂ ਦਾ ਸਾਰਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ। ਭਾਗਾਂ ਵਾਲਿਓ, ਦਾਸ ਪਹਿਲੀ ਵਾਰ ਜਿੱਥੇ ਅਮੈਰੀਕਾ ਦੀ ਧਰਤੀ 'ਤੇ ਆਇਆ ਸੀ, ਤੁਹਾਡੀ ਪਹਿਲੀ ਵਾਰ ਇਹ 3 ਹਫ਼ਤਿਆਂ ਨਾਲ ਸੇਵਾ ਕੀਤੀ ਹੈ, ਇਸ ਥਾਂ 'ਤੇ ਰਹਿ ਕੇ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ, ਬੜੀਆਂ ਆਪ ਜੀ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਨੇ, ਔਰ ਇਸ ਗੁਰੂ ਘਰ ਦਾ ਮਾਹੌਲ ਦੇਖ ਕੇ ਬੜਾ ਮਨ ਪ੍ਰਸੰਨ ਹੋਇਆ। ਸਭ ਜਾਂਦਾ ਸਾਧ ਸੰਗਤ ਜੀ, ਵੈਸੇ ਦੁਨੀਆਂ ਦੇ ਅੰਦਰ ਬੜਾ ਮਾਣ ਕਰਦੇ ਨੇ, ਦਾਅਵੇ ਕਰਦੇ ਨੇ ਕਈ ਵੀ ਭਗਤੀ ਦਾ ਘਰ, ਵੈਸੇ ਜੇ ਬਾਬੇ ਨਾਨਕ ਨੇ ਆਪਣੀਆਂ ਸੰਗਤਾਂ ਨੂੰ ਕੋਈ ਭਗਤੀ ਦਾ ਘਰ ਬਖਸ਼ਿਸ਼ ਕੀਤਾ ਹੈ ਤੇ ਉਹ ਇਹ ਸਥਾਨ ਹੈ। ਦਾਸ ਨੇ ਜਿਹੜੇ 3 ਹਫ਼ਤੇ ਬਤੀਤ ਕੀਤੇ ਨੇ, ਇਹਦੇ 'ਚ ਦਾਸ ਨੇ ਕੁਛ ਐਕਸਪੀਰੀਅੰਸ ਕੀਤਾ ਹੈ। ਦੇਖੋ ਸਾਧ ਸੰਗਤ, ਜੇ ਤਾਂ ਅਸੀਂ ਪਰਮਾਤਮਾ ਦੇ ਨੇੜੇ ਹੋਣਾ ਚਾਹੁੰਦੇ ਹਾਂ, ਵਾਤਾਵਰਨ ਕਰਕੇ, ਸ਼ਾਂਤੀ ਕਰਕੇ, ਗੁਰੂ ਮਹਾਰਾਜ ਜੀ ਨੇ ਸਾਨੂੰ ਬੜਾ ਸੁੰਦਰ ਸਥਾਨ ਬਖਸ਼ਿਸ਼ ਕੀਤਾ ਹੈ, ਔਰ ਖਾਸ ਕਰਕੇ ਪ੍ਰਚਾਰਨਾ ਵਾਸਤੇ। ਦੇਖੋ, ਇੱਕ ਸਾਡਾ ਪ੍ਰਚਾਰ ਇਹੋ ਜਿਹਾ, ਗਿਆਨ ਇਹੋ ਜਿਹਾ ਹੁੰਦਾ, ਪੰਡਿਤ ਪੜ੍ਹ ਪੜ੍ਹ ਉੱਚਾ ਕੂਦਦਾ, ਮਾਇਆ ਮੋਹ ਪਿਆਰ, ਗਿਆਨ ਪ੍ਰਾਪਤ ਕਰ ਲੈਣਾ, ਗਿਆਨ ਸੁਣਾ ਦੇਣਾ, ਗਿਆਨ ਦੀ ਕਥਾ ਕਰ ਲੈਣੀ, ਇਹ ਗੱਲ ਹੋਵੇ। ਪੰਡਿਤ ਪੜ੍ਹ ਪੜ੍ਹ ਉੱਚਾ ਕੂਦਦਾ, ਮਾਇਆ ਮੋਹ ਪਿਆਰ, ਸਤਿਗੁਰੂ ਜੀ ਬਚਨ ਕਰਦੇ ਨੇ, ਅੰਦਰ ਬ੍ਰਾਹਮਣਾ ਜੀ ਨਹੀਂ ਮਨ ਮੂਰਖ ਗਵਾ। ਮੈਂ ਬੇਨਤੀ ਕਰਾਂ, ਤੁਹਾਡੇ ਵਿੱਚੋਂ ਕੋਈ ਸੰਤ ਸੰਗੀ ਹੋਵੇ, ਕੋਈ ਸਾਡੇ ਵਿੱਚੋਂ ਪ੍ਰਚਾਰਕ ਹੋਵੇ, ਕਥਾ ਵਾਚਕ ਹੋਵੇ, ਜੇ ਕਿਤੇ ਜ਼ਿੰਦਗੀ ਦੇ ਅੰਦਰ ਉਹਨੇ ਫੈਸਲਾ ਲੈ ਲਿਆ, ਬਣਾ ਗਿਆਨ ਨੂੰ ਬੜਾ ਪੜ੍ਹ ਲਿਆ, ਪਰ ਕਦੇ ਗਿਆਨ ਨਾਲ ਗੱਲ ਨਹੀਂ ਬਣਨੀ, ਕਿਉਂਕਿ ਗੁਰੂ ਮਹਾਰਾਜ ਜੀ ਬਚਨ ਕਰਦੇ ਨੇ, ਪੜ੍ਹ ਪੜ੍ਹ ਗੱਡੀ ਲੱਧੀ ਹੈ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਏ ਖਾਦ, ਪੜ੍ਹੀਏ ਦੇਤੇ ਬਰਸ ਬਰਸ, ਪੜ੍ਹੀਏ ਦੇਤੇ ਮਾਸ, ਪੜ੍ਹੀਏ ਦੇਤੀ ਆਜ, ਪੜ੍ਹੀਏ ਦੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਝੱਕਣਾ ਝਾਕ। ਉਹ ਲੇਖੇ ਵਿੱਚ ਕਿਹੜੀ ਗੱਲ ਆ ਜੀ? ਉਹ ਲੇਖੇ ਵਿੱਚ ਆ ਆਪਣਾ ਨਿਤਨੇਮ, ਤੁਸੀਂ ਆਪਣੇ ਵਾਸਤੇ ਕੀ ਨਾਮ ਜਪਿਆ, ਤੇ ਗੁਰਮੁਖ ਪਿਆਰੇ ਹੋ, ਆਪਣੀ ਸੁਰਤੀ ਨੂੰ ਕਿੰਨਾ ਉੱਚਾ ਕੀਤਾ, ਆਪਣੀ ਅੰਦਰਲੀ ਯਾਤਰਾ ਤੁਸੀਂ ਕਿੰਨੀ ਕਰ ਲਈ ਆ, ਅੰਦਰੋਂ ਰੱਬ ਨੂੰ ਵੇਖਿਆ। ਜਿਸ ਕਿਸੇ ਗੁਰਮੁਖ ਪਿਆਰੇ ਨੇ ਇਹ ਯਾਤਰਾ ਕਰਨੀ ਹੋਵੇ, ਆਪਣੇ ਅੰਦਰੋਂ ਰੱਬ ਨੂੰ ਵੇਖਣਾ ਹੋਵੇ, ਸੁਰਤ ਨੂੰ ਉੱਚਾ ਕਰਨਾ ਹੋਵੇ, ਤੇ ਭਾਗਾਂ ਵਾਲਿਓ, ਜਿੰਨੇ ਅਸਥਾਨ ਮੈਂ ਵੇਖੇ ਨੇ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਦੁਨੀਆਂ ਦੇ ਅੰਦਰ ਇਹੋ ਜਿਹਾ ਸਥਾਨ ਹੀ ਹੋਵੇਗਾ। ਸੱਚੇ ਪਾਤਸ਼ਾਹ ਨੇ ਵੇਖੋ ਪਹਾੜੀ ਦੇ ਉੱਪਰ ਕਿੰਨੇ ਸੁੰਦਰ ਵਾਤਾਵਰਨ ਦੇ ਅੰਦਰ ਸਾਨੂੰ ਇਹ ਸਥਾਨ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਦੀ ਕਿਰਪਾ ਕਰਨ ਇਸ ਸਥਾਨ 'ਤੇ ਆਪਾਂ ਸਾਰੇ ਗੁਰੂ ਦੀ ਸੰਗਤ ਕਰਦੇ ਹੋਏ, ਬਾਣੀ ਪੜ੍ਹਦੇ ਹੋਏ, ਭਾਗਾਂ ਵਾਲਿਓ, ਆਪਣੀ ਸੁਰਤ ਨੂੰ ਇੰਨਾ ਉੱਚਾ ਕਰ ਲਈਏ ਕਿ ਸਾਨੂੰ ਆਪਣੇ ਅੰਦਰੋਂ ਇਹੋ ਜਿਹਾ ਸੁਭਾਅ ਦਿਖਾਈ ਦੇਵੇ। ਬਿਸਰ ਗਈ ਸਭ ਤਾਤ ਕਰਾਈ, ਜਬ ਤੇ ਸਾਧ
संगत बोए पाई ना को बैरी नहे बिगाना संग संग हम कौ बने आई सबे घट राम बोले राम बिना को बोले रहे जह जह देखो तह हजूर दूर कब हो न जाई राम या सरबत्र में मन सदा त्याई जदों साडी सुरती इन्नी उच्ची हो जाएगी नानक राम चढ़दी कला तेरे भाणे सरबत दा भला तेना हफ्तियां दी सेवा करदे आ साध सिंह जी होईआं पुलंकां दी खिमा मैं प्रबंधक सज्जना दा और खास करके अपने ग्रंथी साहिबान भरावां दा बहुत बहुत धन्नवाद करदा हां जिहड़े आए हुए प्रचारकां नूं वी श्री जथिआं नूं सच है बड़ा सहयोग बख्शिश करते हैं नहीं तो कई बार साड़ी जमात की बड़ी कमजोरी होती है कोई दूसरा बंदा आए तो सानू अपने डर पै जाता है कि पता नहीं इन्हें की करना है की नहीं करना पर नहीं इतने बड़ी महाराज जी की कृपा है आए हुए प्रचारकों बड़े सत्कार जी आया आखते हैं वो साढ़े गुणा करके नहीं इन्हों का सुभा है इन्हों का वडप्पण है सतगुरु महाराज जी की इन्होंने कृपा है गुरु महाराज की कृपा करन साडे सारिआं ते नानक निर्गुण गुण करे गुण वंदिआ गुण दे जे सिक्खी दे गुणा तो खाली हां ते गुरु महाराज जी भर देण जे भरे होए हां ते होर वादा कर दे सतगुरु महाराज सुआओ अखीर ते अज भादरों दा महीना है समा भी समाप्त है दास दी इह लोच है कि तुहाडे विच बैठ के मैं भी अरदास कर लवां सच्चे पातशाह की कृपा कर देन सच्चे पातशाह ने जिथे थोड़ा बहुता ज्ञान बख्शिश किया है जो उत्थे थोड़ा बहुता ध्यान थोड़ी बहुती भगती थोड़ा बहुता नाम सिमरन बख्शिश कर देन ते मेरा भी तुहाडे नाल पार उतारा हो जाए आओ सारे एक बारी मिल के अरदास करके फिर फतेह की साध करिए सब संगतां नूं बेनती दो हाथ जोड़ो साध संगत किस गुरमुख प्यारे सत संगी ने अरदास तो वांझा नहीं रहना आओ प्यार नाल अरदास गाइए विसरनाई तार विसरनाई तार ਸਤਿਗੁਰੂ ਮਹਾਰਾਜ ਦਾਸ ਨੂੰ ਦੀ ਸਮਾਪਤ ਬਖਸ਼ਿਸ਼ ਕਰਨ
कि तुहाडे प्रेम विच वाधा होवे। बहुत बहुत धन्यवाद फतेह बिजौणी जी। वाह।